ਹੈਲੋ एवरीवन वेलकम ਟੂ ਵਾਂਸ ਅਗੇਨ ਅੱਜ ਦਾ ਆਪਣਾ ਨੈਕਸਟ ਟਾਪਿਕ ਹੈਗਾ ਜੀ ਸੁੰਘ ਵੰਸ਼ ਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਤੇ ਇਹਦੇ ਵਿੱਚ ਦੇਖਾਂਗੇ ਕੁਝ ਇੰਪੋਰਟੈਂਟ ਪੁਆਇੰਟਸ ਤਾਂ ਟਾਪਿਕ ਸਟਾਰਟ ਕਰਨ ਤੋਂ ਪਹਿਲਾਂ ਹੁਣ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟਸ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਹੋ ਵੀ ਪਲੀਜ਼ ਜਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਦੇ ਰਿਲੇਟਰ ਦਾ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇ ਤਾਂ ਟਾਪਿਕ ਨੂੰ ਜਦੋਂ ਆਪਾਂ ਸ਼ੁਰੂ ਕਰਦੇ ਆ ਤਾਂ ਇਸ ਤੋਂ ਪਹਿਲਾਂ ਜਿਹੜਾ ਥੋੜਾ ਜਆ ਕਿਸੇ ਚੀਜ਼ ਬਾਰੇ ਬੈਕਗ੍ਰਾਉਂਡ ਉਹਦੀ ਸਮਝ ਹੁੰਦੀ ਹੋਵੇ ਤਾਂ ਆਪਾਂ ਨੂੰ ਇਸ ਚੀਜ਼ ਤੋਂ ਕਲੀਅਰ ਹੋ ਜਾਂਦਾ ਹੈ ਕਿ ਇਹ ਜਿਹੜਾ ਕਿ ਹੈ ਜਿਵੇਂ ਸੰਗਵੰਸ਼ ਦਾ ਵਿਸਥਾਰ ਕਦੋਂ ਕਿਵੇਂ ਹੋਂਦ ਵਿੱਚ ਆਇਆ ਮੋਰੀਆ ਕਾਲ ਤੋਂ ਬਾਅਦ ਇਹੋ ਜਿਹਾ ਕੁਝ ਕੀ ਹੋਇਆ ਕਿ ਜਿਹੜਾ ਕਿ ਸੰਗਵੰਸ਼ ਤੇ ਫਿਰ ਹੋਰ ਕਿਹੜੇ ਵੰਸ਼ ਜਿਹੜੇ ਕਿ ਆ ਹੋਂਦ ਵਿੱਚ ਆਏ ਤਾਂ ਜਿਵੇਂ ਕਿ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ ਕਿ ਮੌਰੀਆ ਕਾਲ ਦੇ ਵਿੱਚ ਦੋ ਪ੍ਰਸਿੱਧ ਰਾਜੇ ਰਹੇ ਹੈਗੇ ਆ ਕਿਹੜੇ ਸੀ ਜੀ ਚੰਦਰਗੁਪਤ ਮੌਰੀਆ ਤੇ ਅਸ਼ੋਕ ਦੇ ਬਾਰੇ ਚੰਦਰਗੁਪਤ ਮੌਰੀਆ ਦੇ ਟਾਈਮ ਦੇ ਵਿੱਚ ਉਸ ਨੇ ਆਪਣੇ ਇਲਾਕੇ ਦਾ ਬਹੁਤ ਹੀ ਜ਼ਿਆਦਾ ਵਿਸਥਾਰ ਕੀਤਾ ਇਸ ਲਈ ਉਹ ਸਭ ਤੋਂ ਫੇਮਸ ਜਿਹੜਾ ਕਿ ਰਾਜਾ ਮੰਨਿਆ ਗਿਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਅਸ਼ੋਕ ਦੇ ਬਾਰੇ ਤਾਂ ਅਸ਼ੋਕ ਦੇ ਟਾਈਮ ਦੇ ਵਿੱਚ ਵੀ ਉਸ ਨੇ ਵੀ ਕਾਫੀ ਸਾਰੇ ਹੋਰ ਇਲਾਕਿਆਂ ਦਾ ਵਿਸਥਾਰ ਕੀਤਾ ਆਪਣੇ ਟਾਈਮ ਦੇ ਵਿੱਚ ਤੇ ਬੁੱਧ ਧਰਮ ਦਾ ਵਿਸਥਾਰ ਜਿਹੜਾ ਕਿ ਆ ਕੀਤਾ ਜਿਹੜਾ ਹੁਣ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਆਂ ਜੀ ਸੰਗਵੰਸ਼ ਤਾਂ ਇਹ ਜਿਹੜੇ ਕੀ ਆ ਇਹ ਵੰਸ਼ ਦੇ ਵਿੱਚ ਜਿਹੜੇ ਕੀ ਇਹ ਬ੍ਰਾਹਮਣਾਂ ਦੇ ਨਾਲ ਰਿਲੇਟਡ ਸੀਗੇ ਤਾਂ ਜਦੋਂ ਮੋਰੀਆ ਕਾਲ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹੈਗੇ ਕਿ ਬੁੱਧ ਧਰਮ ਨੂੰ ਸਭ ਤੋਂ ਜ਼ਿਆਦਾ ਵਿਸਥਾਰ ਆ ਉਹਦਾ ਕੀਤਾ ਗਿਆ ਤਾਂ ਉਸ ਟਾਈਮ ਜਿਹੜੇ ਕਿ ਇਹ ਬ੍ਰਾਹਮਣ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਵੈਸ਼ਨਵ ਮਤ ਜਿਹੜਾ ਕਿ ਆ ਬਹੁਤ ਹੀ ਨੀਚੇ ਚਲਾ ਗਿਆ ਸੀ ਤੇ ਲੋਕੀ ਜਿਹੜੇ ਕਿ ਆਜਾਤਰ ਬੁੱਧ ਧਰਮ ਨੂੰ ਮੰਨਣਾ ਸਟਾਰਟ ਕਰਤਾ ਸੀ ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਮੋਰੀਆ ਕਾਲ ਦੇ ਵਿੱਚ ਮੋਰੀਆ ਕਾਲ ਦਾ ਜਿਹੜਾ ਆਖਰੀ ਵੰਸ਼ ਸ਼ਾਸਕ ਰਿਹਾ ਹੈਗਾ ਬ੍ਰਹਦਰਥ ਤਾਂ ਉਸ ਦੀ ਸੈਨਾਪਤੀ ਯਾਨੀ ਕਿ ਉਸਦੇ ਖੁਦ ਦੇ ਸੈਨਾਪਤੀ ਪਸ਼ੂਆ ਮਿੱਤਰ ਸੰਗ ਨੇ ਜਿਹੜਾ ਕਿ ਉਸ ਦੀ ਹੱਤਿਆ ਕੀਤੀ ਤੇ ਸੰਗ ਜਿਹੜੀ ਕਿ ਆ ਵੰਸ਼ ਦੀ ਨੀ ਰੱਖੀ ਗਈ ਤਾਂ ਉਹ ਇੱਕ ਹਸਾਬ ਦਾ ਜਿਹੜਾ ਕਿ ਆ ਬ੍ਰਾਹਮਣੀ ਸੀ ਠੀਕ ਹੈ ਤਾਂ ਉਹਨਾਂ ਨੇ ਕੀ ਕੀਤਾ ਕਿ ਬੁੱਧ ਧਰਮ ਨੂੰ ਜਿਹੜਾ ਕਿ ਆ ਦੇਖਿਆ ਕਿ ਬਹੁਤ ਜ਼ਿਆਦਾ ਵਿਸਥਾਰ ਹੋ ਰਿਹਾ ਉਸ ਧਰਮ ਨੂੰ ਖਤਮ ਕਰਨ ਲਈ ਉਸ ਨੇ ਬ੍ਰਾਹਮਣਾ ਨੂੰ ਸਭ ਤੋਂ ਅੱਗੇ ਪਹਿਲ ਦੇਣ ਲਈ ਵੈਸ਼ਨਵ ਮਤ ਨੂੰ ਅੱਗੇ ਲੈ ਕੇ ਆਣ ਲਈ ਜਿਹੜਾ ਕਿ ਇਸ ਸੰਗ ਦੀ ਨੀ ਰੱਖੀ ਤਾਂ ਅੱਜ ਆਪਾਂ ਜਿਹੜਾ ਕਿ ਉਹਦੇ ਵਿੱਚ ਹੁਣ ਇਥੋਂ ਤੁਹਾਨੂੰ ਕਲੀਅਰ ਹੋ ਚੁੱਕਿਆ ਹੋਊਗਾ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਇਹ ਸੁੰਗ ਵੰਸ਼ ਜਿਹੜਾ ਕਿ ਹੋਂਦ ਵਿੱਚ ਆਇਆ ਤਾਂ ਹੁਣ ਆਪਾਂ ਇੰਪੋਰਟੈਂਟ ਪੁਆਇੰਟ ਡਿਸਕਸ ਕਰਦੇ ਹਾਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਹੀਏ ਕਿ ਜਦੋਂ ਮੋਰੀਆ ਵੰਸ਼ ਦਾ ਜਿਹੜਾ ਕਿ ਇਹ ਖਾਤਮਾ ਹੋਇਆ ਮੋਰੀਆ ਵੰਸ਼ ਜਿਹੜਾ ਕਿ ਇਹ ਖਤਮ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਕਿ ਇਹ ਜਿੰਨਾ ਵੀ ਸਮਰਾਜ ਦਾ ਵਿਸਥਾਰ ਸੀ ਉਹ ਛੋਟੇ-ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ ਠੀਕ ਹੈ ਹਰੇਕ ਰਾਜ ਵਿੱਚ ਅਲੱਗ-ਅਲੱਗ ਸੰਘ ਨੇ ਜਿਹੜਾ ਕਿ ਇਹ ਸ਼ਾਸਨ ਕੀਤਾ ਉਹ ਕਿਹੜੇ ਸੀਗੇ ਜਿਦੇ ਵਿੱਚ ਸੀ ਜੀ ਸੁੰਗਵੰਸ਼ ਠੀਕ ਹੈ ਤਨਮਾਨ ਵੰਸ਼ ਤੇ ਸਤਮਾਨ ਵੰਸ਼ ਤਾਂ ਇਹ ਤਿੰਨੇ ਹੀ ਇੰਪੋਰਟੈਂਟ ਹੈ ਕਈ ਵਾਰ ਇਹਨਾਂ ਦਾ ਜਿਹੜਾ ਕਿ ਇਹ ਕ੍ਰਮ ਵੀ ਪੁੱਛ ਲਿਆ ਜਾਂਦਾ ਹੈਗਾ ਤਾਂ ਇਹ ਜਿਹੜੇ ਵੰਸ਼ ਸੀਗੇ ਕੋਈ ਬਾਹਰੋਂ ਨਹੀਂ ਸੀ ਇਹ ਸਾਰੇ ਹੀ ਬ੍ਰਾਹਮਣਾਂ ਨਾਲ ਰਿਲੇਟਡ ਸੀ ਠੀਕ ਹੈ ਤਾਂ ਇਹ ਇੱਕ ਸਥਾਨਕ ਸ਼ਾਸਕ ਤੇ ਨੇਟਿਵ ਸਟੇਟਸ ਦੇ ਨਾਲ ਜਿਹੜੇ ਕੀ ਆ ਆਪਾਂ ਕਹਿ ਸਕਦੇ ਆ ਕਿ ਸੰਬੰਧੀ ਸੀ ਤਾਂ ਇਹ ਸਾਰੇ ਬ੍ਰਾਹਮਣ ਸੀ ਤਾਂ ਇੱਥੋਂ ਤੁਹਾਨੂੰ ਇਹ ਹੁਣ ਕਲੀਅਰ ਹੋ ਚੁੱਕਿਆ ਹੋਊਗਾ ਕਿ ਬ੍ਰਾਹਮਣਾਂ ਨੇ ਆਪਣੇ ਵੈਸ਼ਨਵ ਮਤ ਨੂੰ ਅੱਗੇ ਲੈ ਕੇ ਆਉਣ ਲਈ ਜਿਹੜਾ ਕੀ ਆ ਜਿੰਨੇ ਵੀ ਰਾਜ ਸੀ ਉਹਨਾਂ ਨੂੰ ਛੋਟੇ-ਛੋਟੇ ਕੁੱਲਾਂ ਦੇ ਵਿੱਚ ਵੰਡ ਕੇ ਜਿਹੜਾ ਕੀ ਆ ਵਿਸਥਾਰ ਕਰਨਾ ਸ਼ੁਰੂ ਕਰਤਾ ਤੇ ਇਸ ਤੋਂ ਬਾਅਦ ਜਿਹੜਾ ਕੀ ਆ ਵੈਸ਼ਨਵ ਮਤ ਠੀਕ ਹੈ ਤੇ ਬ੍ਰਾਹਮਣਾ ਦਾ ਫੇਰ ਕਾਫੀ ਵਿਸਥਾਰ ਹੋਇਆ ਠੀਕ ਹੈ ਇਹ ਬੁੱਧ ਧਰਮ ਦਾ ਪ੍ਰਸਾਰ ਜਿਹੜਾ ਕਿ ਆ ਘਟ ਗਿਆ ਤੇ ਜਿਹੜਾ ਕਿ ਆ Hindu ਧਰਮ ਦਾ ਪ੍ਰਸਾਰ ਬਹੁਤ ਜ਼ਿਆਦਾ ਚਰਮ ਸੀਮਾ ਦੇ ਉੱਪਰ ਰਿਹਾ ਤਾਂ ਇਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਜੀ ਸੁੰਗ ਵੰਸ਼ ਦੀ ਠੀਕ ਹੈ 184 BC ਦੇ ਵਿੱਚ ਠੀਕ ਹੈ ਇਹ ਡੇਟ ਵੈਸੇ ਤਾਂ ਇੰਨੀ ਇੰਪੋਰਟੈਂਟ ਨਹੀਂ ਹੈ ਬਟ ਹੋ ਸਕਦਾ ਕੁਐਸਚਨ ਜੇ ਪੁੱਛਿਆ ਜਾਂਦਾ ਐਗਜ਼ਾਮ 'ਦੇ ਇਸ ਲਈ ਡਿਸਕਸ ਕਰਨਾ ਇਹ ਬੰਦ ਹੈ ਜੇਕਰ ਸੰthਾਪਕ ਇਸ ਦਾ ਮੋਸਟ ਇੰਪੋਰਟੈਂਟ ਕੌਣ ਰਿਹਾ ਹੈਗਾ ਤੇ ਪਸ਼ੂਆ ਮਿੱਤਰ ਸੰਘ ਜਿਹੜਾ ਕੀ ਆ ਇਸ ਦਾ ਸੰthਾਪਕ ਸੀ ਤਾਂ ਇਹ ਜਿਹੜਾ ਕਿ ਇਹ ਪੁਆਇੰਟ ਇੰਪੋਰਟੈਂਟ ਆ ਤਾਂ ਆਪਾਂ ਡਿਸਕਸ ਕੀਤਾ ਸੀ ਕਿ ਮੋਰੀਆ ਵੰਸ਼ ਦੇ ਵਿੱਚ ਆਖਰੀ ਰਾਜਾ ਬ੍ਰਹਦਰਥ ਨੂੰ ਹਰਾ ਕੇ ਠੀਕ ਹੈ ਪਸ਼ੂਆ ਮਿੱਤਰ ਸੰਗ ਨੇ ਜਿਹੜਾ ਕੀ ਹੈ ਸੰਗ ਵੰਸ਼ ਦੀ ਨੀ ਰੱਖੀ ਰਾਜਧਾਨੀ ਕਿਹੜੀ ਸੀ ਵਿਦਿਸ਼ਾ ਠੀਕ ਹੈ ਤਾਂ ਇਹ ਇਹ ਵੀ ਇੰਪੋਰਟੈਂਟ ਆ ਕਿੱਥੋਂ ਤੱਕ ਇਹਨਾਂ ਨੇ ਰਾਜ ਕੀਤਾ ਹੈਗਾ ਤਾਂ ਉਹ ਹੈਗਾ ਜੀ ਮੱਧ ਪ੍ਰਦੇਸ਼ ਤੋਂ ਇਹਨਾਂ ਨੇ ਰਾਜ ਕੀਤਾ ਸੀ ਤਾਂ ਇਹ ਕੁਝ ਇੰਪੋਰਟੈਂਟ ਪੁਆਇੰਟਸ ਸੀਗੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਹਨਾਂ ਦਾ ਧਰਮ ਕੀ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰੇ ਹੀ ਬ੍ਰਾਹਮਣ ਸੀ ਤਾਂ ਇਹਨਾਂ ਦਾ ਧਰਮ ਸੀ ਜੀ ਵੈਸ਼ਨਵ ਧਰਮ ਨੂੰ ਇਹਨਾਂ ਨੇ ਅੱਗੇ ਲਿਉਣ ਲਈ ਠੀਕ ਹੈ ਪਤੰਜਲੀ ਦੇ ਦੋ ਅਸ਼ਮਵੇਗ ਯੱਗ ਕਰਵਾਏ ਸੀ ਮੋਸਟ ਇੰਪੋਰਟੈਂਟ ਇਹ ਕਵੈਸਚਨ ਇਗਜ਼ਾਮ ਦੇ ਵਿੱਚ ਕਈ ਵਾਰ ਪੁੱਛਿਆ ਜਾ ਚੁੱਕਿਆ ਹੈਗਾ ਠੀਕ ਹੈ ਜੇਕਰ ਆਪਾਂ ਅਦਰ ਇਗਜ਼ਾਮਸ ਦੀ ਗੱਲ ਕਰੀਏ ਜਿਵੇਂ ਸਟੈਟ ਹੋ ਗਿਆ ਜਾਂ ਪੀਐਸਟੈਟ ਠੀਕ ਹੈ ਪੀਸੀਐਸਸੀ ਹੋਰ ਵੀ ਜਿਹੜੇ ਕੀ ਹੈ ਯੂਪੀਐਸਸੀ ਜਿੰਨੇ ਵੀ ਹੋਰ ਅਦਰ ਇਗਜ਼ਾਮਸ ਹੁੰਦੇ ਆ ਤਾਂ ਉਹਦੇ ਵਿੱਚ ਵੀ ਇਹ ਕਵੈਸਚਨ ਪੁੱਛੇ ਜਾ ਸਕਦੇ ਆ ਠੀਕ ਹੈ ਤਾਂ ਵੈਸੇ ਤਾਂ ਆਪਾਂ ਮਾਸਟਰ ਕੈਡਰ ਨੂੰ ਲੈ ਕੇ ਚੱਲੇ ਆਂ ਬਟ ਇਹਦੇ ਵਿੱਚ ਵੀ ਇਹ ਕੁਐਸਚਨ ਜਦੋਂ ਬਾਕੀ ਐਗਜ਼ਾਮਸ ਦੇ ਵਿੱਚ ਜਿਹੜੇ ਕਿ ਇਹ ਕੁਐਸਚਨ ਇੰਪੋਰਟੈਂਟ ਹੁੰਦੇ ਆ ਤਾਂ ਉਹਨਾਂ ਦਾ ਇਫੈਕਟ ਜਿਹੜਾ ਕਿ ਹਰੇਕ ਸਟੇਟ ਦੇ ਐਗਜ਼ਾਮ ਦੇ ਵਿੱਚ ਵੀ ਪੈਂਦਾ ਹੈਗਾ ਤਾਂ ਇੱਥੋਂ ਵੀ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਜੇਕਰ ਕੁਐਸਚਨ ਪੇਪਰ ਨੂੰ ਬੜਾ ਜ਼ਿਆਦਾ ਟਫ ਬਣਾਇਆ ਜਾ ਸਕੇ ਤਾਂ ਇਸ ਤਰੀਕੇ ਦੇ ਕੁਐਸਚਨ ਜਿਹੜੇ ਕਿ ਪੁੱਛੇ ਜਾਂਦੇ ਆ ਤਾਂ ਆਪਾਂ ਕੁਝ ਵੀ ਜਿਹੜਾ ਕਿ ਹੈ ਨਹੀਂ ਛੱਡ ਸਕਦੇ ਠੀਕ ਹੈ ਕਿਉਂਕਿ ਤੁਹਾਨੂੰ ਐ ਲੱਗ ਰਿਹਾ ਹੋਊਗਾ ਕਿ ਮੈਂ ਇਹ ਚੀਜ਼ ਦੱਸ ਰਹੀ ਆਂ ਬਟ ਜਿੰਨੀ ਮੇਰੇ ਕੋਲ ਨੌਲੇਜ ਆ ਇਸ ਚੀਜ਼ ਦੇ ਬਾਰੇ ਕਿ ਕਿੱ ਹੁੰਦੇ ਆ ਤਾਂ ਉਸ ਚੀਜ਼ ਨੂੰ ਦੱਸਣਾ ਬੰਦਦਾ ਹੈਗਾ ਤਾਂ ਕਿ ਤੁਸੀਂ ਵੀ ਇਸ ਚੀਜ਼ ਲਈ ਜਿਹੜਾ ਕੀ ਅਲਰਟ ਰਹੋ ਤਾਂ ਇਹ ਜਿਹੜਾ ਕਿ ਇਹ ਕੁਐਸਚਨ ਹੈ ਇੰਪੋਰਟੈਂਟ ਆ ਸੀਟ ਐਡ ਦੇ ਇਗਜ਼ਾਮ ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਜਾ ਚੁੱਕੇ ਆ ਪ੍ਰੀਵੀਅਸ ਈਅਰ ਵਿੱਚ ਤਾਂ ਕੱਲਾ ਆਪਾਂ ਇਹ ਨਹੀਂ ਕਹਿੰਦੇ ਸੇ ਟੀਚਿੰਗ ਇਗਜ਼ਾਮ ਦੇ ਵਿੱਚ ਵੀ ਹਿਸਟਰੀ ਵੀ ਓਨੀ ਇੰਪੋਰਟੈਂਟ ਜਿੰਨੀ ਅਦਰ ਇਗਜ਼ਾਮਸ ਦੇ ਵਿੱਚ ਠੀਕ ਹੈ ਤਾਂ ਪਤੰਜਲੀ ਦੇ ਦੋ ਅਸ਼ਮਵੇਗ ਯੱਗ ਕਰਵਾਏ ਸੀ ਤਾਂ ਇਹ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਪਤੰਜਲੀ ਦੇ ਦੋ ਅਸ਼ਮਵੇਗ ਯੱਗ ਕਿਹੜੇ ਜਿਹੜੇ ਕਿ ਇਹ ਵੰਸ਼ ਨੇ ਕਰਵਾਏ ਸੀ ਤਾਂ ਉਹ ਸੀ ਜੀ ਸੁੰਗ ਵੰਸ਼ ਠੀਕ ਹੈ ਕਿਹੜੇ ਧਰਮ ਨਾਲ ਲੇਟਰ ਸੀ ਵੈਸ਼ਨਵ ਧਰਮ ਦੇ ਨਾਲ ਉਸ ਤੋਂ ਬਾਅਦ ਆ ਗਿਆ ਜੀ ਪਸ਼ੂਆ ਮਿੱਤਰ ਦੇ ਸਮੇਂ ਜਿਹੜਾ ਕੀ ਆ ਯੂਨਾਨੀ ਮਨਾਦਰ ਨੇ ਭਾਰਤ ਤੇ ਹਮਲਾ ਕੀਤਾ ਮੋਸਟ ਇੰਪੋਰਟੈਂਟ ਠੀਕ ਹੈ ਹੈਵੀ ਕੁਐਸਚਨ ਬਣਦਾ ਤਾਂ ਇਸ ਨੂੰ ਹਰਾ ਕੇ ਜਿਹੜਾ ਕੀ ਆ ਇਹ ਇੱਕ ਪ੍ਰਸਿੱਧ ਰਾਜਾ ਬਣਿਆ ਸੀ ਕਿੱਥੋਂ ਸੀ ਜਾਨੀ ਕਿ ਬਾਹਰਲੇ ਜਿਹੜੇ ਫੋਰਨਰ ਸੀਗੇ ਉਹਨਾਂ ਨੇ ਵੀ ਜਿਹੜਾ ਕੀ ਇਸ ਟਾਈਮ ਦੇ ਵਿੱਚ ਭਾਰਤ ਦੇ ਉੱਪਰ ਜਿਹੜੇ ਕਿ ਇਲਾਕਿਆਂ ਦੇ ਉੱਪਰ ਕਬਜ਼ਾ ਕਰਨਾ ਸਟਾਰਟ ਕਰਤਾ ਸੀ ਤੇ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਕਿ ਇਹ ਫੋਰਨਰ ਹਮਲੇ ਜਿਹੜੇ ਕਿ ਇਹ ਬਹੁਤ ਵੱਧ ਗਏ ਸੀ ਕਿਉਂਕਿ ਮੋਰੀਆ ਕਾਲ ਤੋਂ ਬਾਅਦ ਜਿਹੜਾ ਮੋਰੀਆ ਕਾਲ ਦਾ ਪੂਰਾ ਵਿਸਥਾਰ ਸੀ ਬਹੁਤੇ ਛੋਟੇ-ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ ਸੀ ਤਾਂ ਹਰ ਇੱਕ ਨੂੰ ਇਹ ਸੀ ਕਿ ਅਸੀਂ ਇੱਥੇ ਆਪਣਾ ਰਾਜ ਜਿਹੜਾ ਕਿ ਸਥਾਪਿਤ ਕਰ ਲਈਏ ਤਾਂ ਇਸ ਲਈ ਇਹ ਜਿਹੜੀ ਕਿ ਇਹ ਘਟਨਾ ਇੰਪੋਰਟੈਂਟ ਆ ਉਸ ਤੋਂ ਬਾਅਦ ਪਸ਼ੂਆ ਮਿੱਤਰ ਦਾ ਜਿਹੜਾ ਇੱਕ ਬੇਟਾ ਸੀ ਠੀਕ ਹੈ ਅਗਨੀ ਮਿੱਤਰ ਇਹ ਵੀ ਇੰਪੋਰਟੈਂਟ ਆ ਇੱਥੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਪਸ਼ੂਆ ਮਿੱਤਰ ਦੇ ਬੇਟੇ ਦਾ ਨਾਮ ਕੀ ਸੀ ਤਾਂ ਅਗਨੀ ਮਿੱਤਰ ਤਾਂ ਇਹ ਵੀ ਇੱਕ ਪ੍ਰਸਿੱਧ ਸ਼ਾਸਕ ਹਰਿਆਸੀ ਸੂਂਗ ਵੰਸ਼ ਦਾ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਕਾਲੀਦਾਸ ਦੀ ਰਚਨਾ ਠੀਕ ਹੈ ਇਹ ਵੀ ਕੁਐਸਚਨ ਆ ਚੁੱਕਿਆ ਹੈਗਾ ਠੀਕ ਹੈ ਸੀਟੈਡ ਦੇ ਐਗਜ਼ਾਮ ਦੇ ਵਿੱਚ ਵੀ ਆ ਚੁੱਕਿਆ ਤਾਂ ਇਹਦੇ ਵਿੱਚ ਉਸਨੇ ਕਾਲੀਦਾਸ ਨੇ ਜਿਹੜੀ ਕਿ ਇਹ ਰਚਨਾ ਕੀਤੀ ਸੀ ਜਿਹਦਾ ਨਾਮ ਸੀ ਜੀ ਮਾਲਵੀਕ ਅਗਨੀ ਮਿੱਤਰਮ ਠੀਕ ਹੈ ਤਾਂ ਇਹ ਇੱਕ ਤਰ੍ਹਾਂ ਦਾ ਟਾਈਟਲ ਦਿੱਤਾ ਸੀ ਹੀਰੋ ਦਾ ਤਾਂ ਇਹ ਮੋਸਟ ਇੰਪੋਰਟੈਂਟ ਤੇ ਇਸ ਕਾਲ ਵਿੱਚ ਜਿਹੜੀ ਕਿ ਇੱਕ ਮੈਨੂਸਕ੍ਰਿਪਟ ਜਿਹੜੀ ਸਮਿਰਤੀ ਲਿਖੀ ਗਈ ਮੋਸਟ ਇੰਪੋਰਟੈਂਟ ਇਹ ਵੀ ਕੁਐਸਚਨ ਬਣਦਾ ਹੈਗਾ ਜਿਹਨੂੰ ਲਾ ਬੁੱਕ ਜਿਹਦੇ ਵਿੱਚ ਸਮਾਜਿਕ ਹਨਾ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਤੁਸੀਂ ਨਿਯਮ ਆ ਉਹ ਬਣਾਣੇ ਆ ਕਿਸ ਤਰ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਫੋਲੋ ਕਰਨਾ ਤਾ ਮੈਨੂ ਸਿਰ ਸਮੇਤਰੀ ਤੇ ਲਾ ਬੁੱਕ ਜਿਹੜੀ ਕਿ ਇਹ ਲਿਖੀ ਗਈ ਸੀਗੀ ਤਾਂ ਇਹ ਇੰਪੋਰਟੈਂਟ ਆ ਇਹ ਕੁਐਸਚਨ ਜਿੰਨੇ ਵੀ ਪੁਆਇੰਟਸ ਆ ਇਹ ਕੁਐਸਚਨ ਮੈਂ ਕਹਿ ਸਕਦੀ ਆ ਕਿ ਐਗਜ਼ਾਮ ਦੇ ਵਿੱਚ ਜਿਹੜੇ ਕਿ ਆ ਦੇਖਣ ਨੂੰ ਮਿਲੇ ਹੈਗੇ ਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸੁੰਗ ਵੰਸ਼ ਦਾ ਆਖਰੀ ਰਾਜਾ ਕੌਣ ਸੀ ਤਾਂ ਉਹ ਸੀ ਜੀ ਦੇਵ ਭੋਤੀ ਠੀਕ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਕਿ ਇਹ ਦੇਵ ਪੁੱਤੀ ਇਸ ਆਖਰੀ ਸੁੰਗ ਵੰਸ਼ ਦਾ ਜਿਹੜਾ ਕਿ ਇਹ ਰਾਜਾ ਸੀ ਤਾਂ ਦੇਵ ਪੁੱਤੀ ਨੂੰ ਹਰਾ ਕੇ ਜਿਹੜਾ ਕਿ ਹੈ ਨੈਕਸਟ ਕਨਵਾ ਸੰਗ ਦੀ ਜਿਹੜੀ ਕਿ ਹੈ ਸਥਾਪਨਾ ਹੋਈ ਸੀ ਤਾਂ ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਕਨਵਾ ਵੰਸ਼ ਕਿਹੜਾ ਸੀ ਤਾਂ ਇਸ ਦਾ ਸੰthਾਪਕ ਸੀ ਜੀ ਵਾਸੂਦੇਵ ਠੀਕ ਹੈ ਇੱਥੋਂ ਕੁਐਸਚਨ ਜਿਹੜਾ ਕਿ ਆ ਇੱਕ ਅੱਧਾ ਹੀ ਪੁੱਛਿਆ ਜਾ ਸਕਦਾ ਇਹ ਵੰਸ਼ ਜਿਹੜਾ ਕਿ ਹੈ ਇੰਨਾ ਇੰਪੋਰਟੈਂਟ ਨਹੀਂ ਬਟ ਆਪਾਂ ਡਿਸਕਸ ਜ਼ਰੂਰ ਕਰਨਾ ਇਹਨਾਂ ਦੀ ਰਾਜਧਾਨੀ ਕਿਹ ਕੀ ਸੀ ਪਾਟਲੀ ਪੁੱਤਰ ਇਹਨਾਂ ਦੀ ਰਾਜਧਾਨੀ ਸੀ ਤਾਂ ਇੱਥੋਂ ਹੁਣ ਤੁਹਾਨੂੰ ਪਤਾ ਲੱਗ ਗਿਆ ਕ੍ਰਮ 20 ਇਹਨਾਂ ਦਾ ਪੁੱਛਿਆ ਜਾ ਸਕਦਾ ਠੀਕ ਹੈ ਇਹਨਾਂ ਦੇ ਸੰthਾਪਕ ਦਾ ਨਾਮ ਪੁੱਛਿਆ ਜਾ ਸਕਦਾ ਮੋਸਟ ਇੰਪੋਰਟੈਂਟ ਜਾਂ ਇਹਨਾਂ ਦੇ ਵੰਸ਼ ਦੇ ਟਾਈਮ ਵਿੱਚ ਕੀ ਕੁਝ ਹੋਇਆ ਉਹ ਉੱਥੋਂ ਕੁਐਸਚਨ ਜਿਹੜੇ ਕੀ ਬੰਦੇ ਨੈਕਸਟ ਆ ਗਿਆ ਜੀ ਸਤਵਾਨ ਵੰਸ਼ ਠੀਕ ਹੈ ਤਾਂ ਇਹ ਵੀ ਇੰਪੋਰਟੈਂਟ ਆ ਇੱਥੋਂ ਵੀ ਕੁਐਸਚਨ ਬੰਦੇ ਆ ਇਹਨਾਂ ਦਾ ਸੰthਾਪਕ ਸੀ ਸਮੁੱਕਾ ਠੀਕ ਹੈ ਤਾਂ ਇੱਥੋਂ ਕੁਐਸਚਨ ਬੰਦਦਾ ਇਸਨੇ ਕਨਵਾਨ ਵੰਸ਼ ਦੇ ਸ਼ਾਸਕ ਸੂਸਰਮੰਨੂ ਨੂੰ ਜਿਹੜਾ ਕਿ ਹਰਾਇਆ ਸੀ ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਜੇਕਰ ਕਨਵਾਨ ਵੰਸ਼ ਦਾ ਆਖਰੀ ਸ਼ਾਸਕ ਸੀ ਤਾਂ ਉਹ ਸੀ ਜੀ ਸੂਸਰਮੰਨ ਸੀ ਠੀਕ ਹੈ ਤੇ ਇਸ ਨੂੰ ਹਰਾਇਆ ਸੀ ਤੇ ਇਸਨੇ ਵੀ ਓਵੇਂ ਹੀ ਕੀਤਾ ਸੀ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਮੋਰੀਆ ਕਾਲ ਦੇ ਵਿੱਚ ਲਾਸਟ ਜਿਹੜਾ ਰਾਜਾ ਸੀ ਬ੍ਰਹਦਰਥ ਦਾ ਜਿਹੜਾ ਖੁਦ ਦਾ ਸੈਨਾਪਤੀ ਪਸ਼ੂਮਿੱਤਰ ਸੰਗ ਨੇ ਜਿਹੜਾ ਕਿ ਉਸ ਨੂੰ ਹਰਾ ਕੇ ਜਿਹੜਾ ਕੀ ਆ ਸੁੰਗਤ ਵੰਸ਼ ਦੀ ਜਿਹੜੀ ਨੀਂ ਰੱਖੀ ਸੀ ਤਾਂ ਉਸੇ ਤਰੀਕੇ ਨਾਲ ਹੀ ਜਿਹੜਾ ਸਮੁੱਖਾ ਸੀ ਉਸਨੇ ਵੀ ਜਿਹੜਾ ਕੀ ਆ ਕਨਵਾਨ ਵੰਸ਼ ਦਾ ਨੁਰਾਜੇ ਨੂੰ ਹਰਾ ਕੇ ਜੜਾ ਕੀਆ ਆਪਣੇ ਵੰਸ਼ ਦੀ ਜੜਕੀਆ ਨੀ ਰੱਖੀ ਸੀ ਤਾਂ ਇਹ ਕਿੱਥੋਂ ਤੱਕ ਇਹਨਾਂ ਦਾ ਪ੍ਰਸਾਰ ਸੀ ਤਾਂ ਦੱਖਣ ਵਿੱਚ ਇਹਨਾਂ ਦਾ ਆਂਧਰਾ ਤੱਕ ਪ੍ਰਸਾਰ ਸੀ ਤਾਂ ਇਹਨਾਂ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਚੇਂਜੇਸ ਆਈਆਂ ਠੀਕ ਹੈ ਸਿੱਕੇ ਜਾਰੀ ਕੀਤੇ ਗਏ ਬ੍ਰਾਹਮਣਾਂ ਨੂੰ ਗਰਾਂਟਾ ਦਿੱਤੇ ਗੀਆਂ ਤਾਂ ਹੁੰਦੇ ਟਾਪਿਕ ਨੂੰ ਇੱਕ ਵਾਰੀ ਆਪਾਂ ਦੁਬਾਰਾ ਰੀਕਾਲ ਕਰ ਲੈਣੇ ਆ ਕਿ ਸੁੰਗ ਵੰਸ਼ ਜਿਹੜੀ ਕੀਆ ਇਹਦੇ ਵਿੱਚ ਇੰਪੋਰਟੈਂਟ ਪੁਆਇੰਟਸ ਤੋਂ ਜ਼ਿਆਦਾ ਕੀ ਬੰਦੇ ਹੈਗੇ ਆ ਕੀ ਸੰthਾਪਕ ਕੌਣ ਸੀ ਪਸ਼ੂਵਾ ਮਿੱਤਰ ਸੁੰਘ ਸੀ ਠੀਕ ਹੈ ਜਿਨੇ ਮੋਰੀਆ ਵੰਸ਼ ਨੂੰ ਖਤਮ ਕਰਕੇ ਜਿਹੜਾ ਕੀ ਆ ਆਪਣੇ ਸੰਗ ਦੀ ਸਥਾਪਨਾ ਕੀਤੀ ਬ੍ਰਾਹਮਣ ਸੀ ਠੀਕ ਹੈ ਮੋਰੀਆ ਵੰਸ਼ ਦੇ ਕਾਲ ਦੇ ਵਿੱਚ ਬੁੱਧ ਧਰਮ ਦਾ ਬਹੁਤ ਪ੍ਰਸਾਰ ਹੋਇਆ ਠੀਕ ਹੈ ਤੇ ਬ੍ਰਾਹਮਣਾਂ ਨੂੰ ਜਿਹੜਾ ਕੀ ਐ ਇੰਨੀ ਐਹਮiyet ਨਹੀਂ ਦਿੱਤੀ ਜਾਂਦੀ ਸੀ ਤਾਂ ਬ੍ਰਾਹਮਣ ਇਸ ਚੀਜ਼ ਨੂੰ ਲੈ ਕੇ ਬਹੁਤ ਦੁਖੀ ਸੀ ਤਾਂ ਉਹਨਾਂ ਨੇ ਕੀ ਕੀਤਾ ਆਪਣਾ ਵੈਸ਼ਨਵ ਮਤ ਨੂੰ ਸਭ ਤੋਂ ਅੱਗੇ ਲਿਆਉਣ ਲਈ ਤੇ ਬੁੱਧ ਧਰਮ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਕੀ ਕੀਤਾ ਪਸ਼ੂਆ ਮਿੱਤਰ ਸੰਗ ਨੇ ਮੋਰੀਆ ਕਾਲ ਦੇ ਆਖਰੀ ਰਾਜਾ ਬ੍ਰਹਦਰਥ ਨੂੰ ਹਰਾ ਕੇ ਜਿਹੜਾ ਕੀ ਆ ਇਸ ਸੁੰਗ ਵੰਸ਼ ਦੀ ਜਿਹੜੀ ਕੀ ਹੈ ਨੀ ਰੱਖੀ ਸੀ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਵਾਇਆ ਵੈਸ਼ਨਵ ਧਰਮ ਨੂੰ ਅੱਗੇ ਲਿਆਉਣ ਲਈ ਪਤੰਜਲੀ ਦੇ ਦੋ ਅਸ਼ਮੇਗ ਯਗ ਕਰਾਏ ਸੀ ਬਹੁਤ ਇੰਪੋਰਟੈਂਟ ਆ ਇਹ ਉਸ ਤੋਂ ਬਾਅਦ ਇਹਨਾਂ ਦੇ ਟਾਈਮ ਦੇ ਵਿੱਚ ਫੋਰਨਰ ਜਿਹੜੇ ਕਿ ਆ ਭਾਰਤ ਤੇ ਹਮਲੇ ਕਰਨੇ ਸ਼ੁਰੂ ਕਰਦੇ ਸੀ ਤਾਂ ਕੌਣ ਸੀ ਸਭ ਤੋਂ ਪਹਿਲਾ ਯੂਨਾਨੀ ਮਨਾਦਰ ਸੀ ਠੀਕ ਹੈ ਇਸ ਨੂੰ ਜਿਹੜਾ ਕਿ ਪਸ਼ੂਮਿੱਤਰ ਨੇ ਹਰਾਇਆ ਤੇ ਇੱਕ ਵਧੀਆ ਪ੍ਰਸਿੱਧ ਜਿਹੜਾ ਕਿ ਆ ਰਾਜਾ ਬਣਿਆ ਉਸ ਤੋਂ ਬਾਅਦ ਉਸਦੇ ਬੇਟਾ ਅਗਨੀ ਮਿੱਤਰ ਨੇ ਸੰਗਵੰਸ਼ ਦਾ ਜਿਹੜਾ ਕਿ ਪ੍ਰਸਿੱਧ ਸ਼ਾਸਕ ਬਣਿਆ ਤੇ ਅੱਗੇ ਉਹ ਵੰਸ਼ ਨੂੰ ਵਧਾਇਆ ਕਾਲੀਦਾਸ ਨੇ ਇਸ ਦੀ ਰਚਨਾ ਕੀਤੀ ਤੇ ਇਸ ਨੂੰ ਜਿਹੜਾ ਕਿ ਟਾਈਟਲ ਦਿੱਤਾ ਮਾਲਵੀਕੀ ਅਗਨੀ ਮਿੱਤਰਮ ਠੀਕ ਹੈ ਤੇ ਇਸ ਦਾ ਲਾਸਟ ਜੇਕਰ ਆਖਰੀ ਰਾਜਾ ਸੀ ਤਾਂ ਉਸ ਜੀ ਦੇਵ ਪੁੱਤੀ ਉਸ ਤੋਂ ਬਾਅਦ ਕੀ ਹੋਇਆ ਇੱਕ ਇਹਦੇ ਵਿੱਚ ਜਿਹੜਾ ਕਿ ਇਹ ਲਾ ਬੁੱਕ ਲਿਖੀ ਗਈ ਇਸ ਕਾਲ ਦੇ ਵਿੱਚ ਉਹ ਵੀ ਇੰਪੋਰਟੈਂਟ ਆ ਕੁਐਸਚਨ ਬਣਦਾ ਹੁੰਦਾ ਹੈ ਕਿ ਲਾ ਬੁੱਕ ਕਿਸ ਕਾਲ ਵਿੱਚ ਲਿਖੀ ਗਈ ਤਾਂ ਉੱਥੇ অপਸ਼ਨ ਚ ਪੁੱਛਿਆ ਜਾ ਸਕਦਾ ਹੈ ਸੁੰਗਵੰਸ਼ ਕਨਵਾਰਨ ਵੰਸ਼ ਸਤਵਾਨ ਵੰਸ਼ ਮੋਰੀਆ ਕਾਲ ਤਾਂ ਇਸ ਤਰੀਕੇ ਦੇ ਕੁਐਸਚਨ ਜਿਹੜੇ ਕੀ ਆ ਬੰਦੇ ਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਨਵਾਨ ਵੰਸ਼ ਦੀ ਗੱਲ ਤਾਂ ਇਸ ਦਾ ਸੰਤਾਪਕ ਜਿਹੜਾ ਕਿ ਇਹ ਵਾਸੂਦੇਵ ਸੀ ਰਾਜਧਾਨੀ ਜਿਹੜੀ ਕਿ ਇਹ ਪਾਟਲੀ ਪੁੱਤਰ ਤੇ ਉਸ ਤੋਂ ਬਾਅਦ ਸਤਵਾਨ ਵੰਸ਼ ਦੇ ਬਾਰੇ ਆਪਾਂ ਡਿਸਕਸ ਕੀਤਾ ਕਿ ਇਸ ਨੇ ਵੀ ਜਿਹੜਾ ਕਿ ਇਸ ਦੇ ਆਖਰੀ ਰਾਜਾ ਸੁਸਰਮਨ ਨੂੰ ਹਰਾ ਕੇ ਜਿਹੜਾ ਕਿ ਆਪਣਾ ਜਿਹੜਾ ਕਿ ਇਹ ਵੰਸ਼ ਦਾ ਸਥਾਪਨਾ ਕੀਤੀ ਤਾਂ ਇਹਨਾਂ ਦੇ ਟਾਈਮ ਵਿੱਚ ਜੋ ਕੁਝ ਵੀ ਹੁਣ ਵਿਸਥਾਰ ਹੋਇਆ ਜਿਹਦੇ ਬਾਰੇ ਮੈਂ ਆਪਾਂ ਨੈਕਸਟ ਡਿਸਕਸ ਕਰਦੇ ਆਂ ਨੈਕਸਟ ਹੈ ਕਿ ਸਤਵਾਨ ਵੰਸ਼ ਦਾ ਮਹਾਨ ਸ਼ਾਸਕ ਕੌਣ ਸੀ ਤਾ ਉਹ ਸੀ ਜੀ ਗੋਤਮੀ ਸਤਕਰਨੀ ਤਾਂ ਇਹ ਵੀ ਬਹੁਤ ਹੀ ਇੰਪੋਰਟੈਂਟ ਆ ਠੀਕ ਹੈ ਇੱਥੋਂ ਵੀ ਕੁਐਸਚਨ ਬਣਦਾ ਹੈਗਾ ਕਿ ਸਤਵਾਨ ਵੰਸ਼ ਦਾ ਜਿਹੜਾ ਕਿ ਮਹਾਨ ਸ਼ਾਸਕ ਸੀ ਤਾਂ ਉਹ ਸੀ ਜੀ ਗੋਤਮੀ ਸਤਕਰਨੀ ਜਿਸ ਨੇ ਰਾਜਾ ਮਹਾਰਾਜ ਦਾ ਜਿਹੜਾ ਕਿ ਇਹ ਟਾਈਟਲ ਧਾਰਨ ਕੀਤਾ ਤਾਂ ਇਹ ਵੀ ਇੰਪੋਰਟੈਂਟ ਆ ਇੱਥੋਂ ਕੁਐਸਚਨ ਐਵੇਂ ਪੁੱਛਿਆ ਜਾਂਦਾ ਹੈ ਕਿ ਮਹਾਰਾਜ ਜਾਂ ਵੱਡੀਆਂ ਪਦਤੀਆਂ ਦਾ ਜਿਹੜਾ ਕਿ ਇਹ ਟਾਈਟਲ ਕਿਸ ਨੇ ਧਾਰਨ ਕੀਤਾ ਤਾਂ ਉਹ ਸੀ ਜੀ ਸਤਵਾਨ ਵੰਸ਼ ਦੇ ਰਾਜਾ ਗੋਤਮੀ ਸਤकर्णी ਨੈਕਸਟ ਅਸੀਂ ਇਹਨਾਂ ਨੇ ਕਾਂਸੀ ਅਤੇ ਤਾਂਬੇ ਦੇ ਕੋਇਨਸ ਜਿਹੜੇ ਸਿੱਕੇ ਵੀ ਚਲਾਏ ਤਾਂ ਭਾਰਤ ਵਿੱਚ ਪਹਿਲੀ ਵਾਰ ਜੇਕਰ ਆਪਾਂ ਗੱਲ ਕਰੀਏ ਤਾਂ ਕੋਇਨ ਸਿੱਕੇ ਚਲਾਏ ਸੀ ਤਾਂ ਕਿੰਨਾਂ ਨੇ ਚਲਾਏ ਸੀ ਕਾਂਸੀ ਤੇ ਤਾਂਬੇ ਦੇ ਉਹ ਇਸ ਵੰਸ਼ ਨੇ ਚਲਾਏ ਸੀ ਤਾਂ ਇਸ ਲਈ ਇੰਪੋਰਟੈਂਟ ਆ ਇਹਨਾਂ ਨੇ ਬ੍ਰਾਹਮਣਾਂ ਨੂੰ ਜਿਹੜਾ ਕੀ ਹੈ ਗਰਾਂਟਾ ਦੇਣੀਆਂ ਸ਼ੁਰੂ ਕਰਤੀਆਂ ਮੋਸਟ ਇੰਪੋਰਟੈਂਟ ਪੁਆਇੰਟ ਠੀਕ ਹੈ ਭਾਰਤ ਵਿੱਚ ਪਹਿਲੀ ਵਾਰ ਜਿਹੜਾ ਕੀ ਹੈ ਇਹ ਵੀ ਫੇਮਸ ਹੋਇਆ ਵੀ ਕਿਸੇ ਵੰਸ਼ ਨੇ ਜਿਹੜਾ ਕੀ ਆ ਜ਼ਮੀਨਾਂ ਦਾਣ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹੋਣ ਤਾਂ ਠੀਕ ਹੈ ਇੱਥੇ ਇਸ ਟਾਈਮ ਦੇ ਵਿੱਚ ਬ੍ਰਾਹਮਣਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਕਿ ਉੱਚਾ ਪਦ ਦਿੱਤੀ ਗਈ ਤਾਂ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਬ੍ਰਾਹਮਣਾਂ ਨੂੰ ਗ੍ਰਾਂਟਾਂ ਦੇਣੀਆਂ ਸ਼ੁਰੂ ਕਰਤੀਆਂ ਤਾਂ ਇਹਦੇ ਵਿੱਚ ਨਾਲ-ਨਾਲ ਉਹਨਾਂ ਨੇ ਭਾਵਾਂ ਬੁੱਧ ਧਰਮ ਦਾ ਵਿਸਥਾਰ ਨੂੰ ਥੋੜਾ ਜਿਹਾ ਘਟਾਉਣ ਦੇ ਬਾਰੇ ਸੋਚਿਆ ਬਟ ਨਾਲ ਕੱਲੀਆਂ ਬ੍ਰਾਹਮਣਾਂ ਨੂੰ ਹੀ ਨਹੀਂ ਭਿਕਸ਼ੂ ਭਿਕਸ਼ਣੀਆਂ ਨੂੰ ਵੀ ਜਿਹੜੀਆਂ ਕਿ ਇਹਨਾਂ ਨੇ ਗ੍ਰਾਂਟਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਕਾਲ ਤੋ ਬਾਅਦ ਜਿਹੜਾ ਕਿ ਇਹ ਹਿੰਦੂ ਧਰਮ ਜਾਦਾ ਵਿਸਥਾਰ ਦੇ ਹੋਂਦ ਵਿੱਚ ਆਇਆ ਤਾਂ ਹੋਲੀ-ਹੋਲੀ ਜਿਵੇਂ ਹੀ ਨੈਕਸਟ ਆਪਾਂ ਜਦੋਂ ਕਿ ਆ ਡਿਸਕਸ ਕਰਦੇ ਆ ਕਿ ਫੋਰਨ ਦੇ ਜਦੋਂ ਹੋਰ ਵੰਸ਼ ਸਾਹਮਣੇ ਆਉਣਗੇ ਤਾਂ ਉਹਨਾਂ ਦੇ ਟਾਈਮ ਵਿੱਚ ਹਿੰਦੂ ਤਾਂ ਇਸੇ ਤਰੀਕੇ ਨਾਲ ਜਿਹੜਾ ਕਿ ਗੁਪਤਾ ਦੇ ਟਾਈਮ ਵਿੱਚ ਹਿੰਦੂ ਧਰਮ ਨੂੰ ਸਭ ਤੋਂ ਜਿਹੜਾ ਕੀ ਆ ਚਰਮ ਸੀਮਾ ਦੇ ਉੱਪਰ ਪਹੁੰਚਾਇਆ ਗਿਆ ਠੀਕ ਹੈ ਤਾਂ ਉਸ ਟਾਈਮ ਦੇ ਵਿੱਚ ਜਿਹੜਾ ਕਿ ਹਿੰਦੂਆਂ ਦੇ ਧਰਮ ਨੂੰ ਜਿਆਦਾ ਪ੍ਰਫੁੱਲਤ ਮੰਨਿਆ ਜਾਂਦਾ ਸੀ ਯਾਨੀ ਕਿ ਪਹਿਲ ਉਹਨਾਂ ਨੂੰ ਦਿੱਤੀ ਜਾਂਦੀ ਸੀ ਇਹਨਾਂ ਨੇ ਕਈ ਚਿੰਤਾਵਾਂ ਯਾਨੀ ਕਿ ਪ੍ਰੇਰ ਹਾਲ ਵੀ ਬਣਵਾਇਆ ਤਾਂ ਇਹ ਸਾਰੇ ਪੁਆਇੰਟਸ ਜਿਹੜੇ ਕੀ ਆ ਇੰਪੋਰਟੈਂਟ ਆ ਠੀਕ ਹੈ ਇੱਥੋਂ ਕੁਐਸਚਨ ਬੰਦੇ ਆ ਇਹਨਾਂ ਨੇ ਪੱਛਮੀ ਦੱਖਣ ਵਿੱਚ ਪੂਨੇ ਦੀ ਕਾਰਲ ਗੁਫਾ ਵਿੱਚ ਇੱਕ ਹਾਲ ਬਣਾਇਆ ਠੀਕ ਹੈ ਤਾਂ ਇਹ ਵੀ ਇੰਪੋਰਟੈਂਟ ਆ ਤਾਂ ਇੱਥੋਂ ਵੀ ਕੁਐਸਚਨ ਬੰਦੇ ਕਿ ਇਹ ਇੱਕ ਪੱਥਰਾਂ ਦੀ ਬਣੀ ਹੋਈ ਗੁਫਾ ਦੇ ਵਿੱਚ ਇਹਨਾਂ ਨੇ ਹਾਲ ਬਣਾਏ ਸੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀ ਲੈਂਗੁਏਜ ਦੇ ਬਾਰੇ ਤਾਂ ਇਹਨਾਂ ਦੀ ਆਫੀਸ਼ੀਅਲ ਭਾਸ਼ਾ ਜਿਹੜੀ ਕੀ ਆ ਪ੍ਰਕਿਰਤੀ ਸੀ ਠੀਕ ਹੈ ਇਹ ਵੀ ਇੰਪੋਰਟੈਂਟ ਆ ਕਿ ਆਫੀਸ਼ੀਅਲ ਭਾਸ਼ਾ ਜਿਹੜੀ ਕੀ ਆ ਕਿਰਤੀ ਸੀ ਬਟ ਜੇਕਰ ਇਹਨਾਂ ਲਿਪੀ ਤਾਂ ਉਹ ਸੀ ਜੀ ਬ੍ਰਹਮੀ ਆਪਾਂ ਮੌਰੀਆ ਕਾਲ ਦੇ ਵਿੱਚ ਵੇਖਿਆ ਕਿ ਅਸ਼ੋਕ ਨੇ ਤਿੰਨ ਤਰੀਕੇ ਦੀ ਲਿਪੀ ਯੂਜ਼ ਕੀਤੀ ਸੀ ਕਿਹੜੀ ਸੀ ਗ੍ਰੀਕ ਅਰਾਮਿਕ ਤੇ ਬ੍ਰਹਮੀ ਠੀਕ ਹੈ ਬ੍ਰਹਮੀ ਪੂਰੇ ਭਾਰਤ ਵਿੱਚ ਜਿਹੜਾ ਕਿ ਫੇਮਸ ਸੀ ਬਟ ਅਸ਼ੋਕ ਦੇ ਟਾਈਮ ਵਿੱਚ ਭਾਵੇਂ ਅਬਿਲੇਖ ਜਾਂ ਸਾਰਾ ਕੁਝ ਹੀ ਜਦੋਂ ਲਿਪੀਆਂ ਦਾ ਪ੍ਰਯੋਗ ਹੋਇਆ ਤਾਂ ਉਹ ਇੰਨਾ ਜਿਹੜਾ ਕਿ ਉਹਨਾਂ ਦਾ ਵਿਸਥਾਰ ਨਹੀਂ ਹੋਇਆ ਬਟ ਇਹਨਾਂ ਦੇ ਟਾਈਮ ਯਾਨੀ ਕਿ ਸਤਵਾਨ ਦੇ ਟਾਈਮ ਦੇ ਵਿੱਚ ਇਸ ਲਿਪੀ ਦਾ ਬਹੁਤ ਜ਼ਿਆਦਾ ਵਿਸਥਾਰ ਹੋਇਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾ ਜੇਕਰ ਮਾਨਤਾ ਦਿੱਤੀ ਗਈ ਤਾਂ ਇਸ ਵੰਸ਼ ਦੇ ਟਾਈਮ ਦੇ ਵਿੱਚ ਦਿੱਤੀ ਗਈ ਕਿਉਂਕਿ ਬ੍ਰਹਮੀ ਜਿਹੜੀ ਕੀ ਆ ਪੂਰੇ ਭਾਰਤ ਦੇ ਵਿੱਚ ਅ ਲਿਪੀ ਜਿਹੜੀ ਕੀ ਆ ਯੂਜ਼ ਕੀਤੀ ਜਾਂਦੀ ਸੀ ਤਾਂ ਇਸ ਲਈ ਸਤਵਾਨ ਜੇਕਰ ਆਪਾਂ ਇਹਨਾਂ ਦੇ ਵਿੱਚ ਵੰਸ਼ ਚ ਦੇਖੀਏ ਤਾਂ ਜ਼ਿਆਦਾ ਜਣ ਕੁਐਸਚਨ ਜਿਹੜੇ ਕੀ ਆ ਇਸ ਵੰਸ਼ ਤੋਂ ਹੀ ਜਿਹੜੇ ਕੀ ਬੰਦੇ ਆ ਤਾਂ ਜਾਂ ਸੁੰਗ ਵੰਸ਼ ਤੋਂ ਬੰਦੇ ਆ ਜਾਂ ਸਤਵਾਨ ਵੰਸ਼ ਤੋਂ ਜਿਹੜੇ ਕੀ ਅਕਸਰ ਕੁਐਸਚਨ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੈਕਸਟ ਜੇਕਰ ਆਪਾਂ ਗੱਲ ਕਰੀਏ ਅਮਨਾਵਰਤੀ ਸਤੂਪ ਦੇ ਬਾਰੇ ਠੀਕ ਹੈ ਤਾਂ ਪਹਿਲਾ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਲਾਈਕ ਤੇ ਕਮੈਂਟਸ ਦੇ ਨਾਲ ਹੀ ਜਿਹੜੀ ਮੈਨੂੰ ਮੋਟੀਵੇਸ਼ਨ ਮਿਲਦੀ ਆ ਅੱਗੇ ਵੀਡੀਓ ਬਣਾਉਣ ਲਈ ਤਾਂ ਪਲੀਜ਼ ਚੈਨਲ ਨੂੰ ਵੀ ਨਾਲ ਦੇ ਨਾਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤਾਂ ਨੈਕਸਟ ਆਪਾਂ ਇਹਦੇ ਵਿੱਚ ਦੇਖਦੇ ਆ ਜੀ ਅਮਰਾਵਰਤੀ ਸਤੂਪ ਜੋ ਅਸ਼ੋਕ ਨੇ ਬਣਵਾਇਆ ਸੀ ਠੀਕ ਹੈ ਇਸ ਦੇ ਅੰਦਰ ਬੁੱਧ ਦੇ ਜੀਵਨ ਦੇ ਸਾਰੀ ਕਹਾਣੀ ਦੇ ਦਰਸਾਉਂਦੇ ਚਿੱਤਰ ਵੀ ਇਹਨਾਂ ਨੇ ਜੜੇ ਕੀਆ ਤਰਸਾ ਜਿਹੜੇ ਆ ਤਰਾਸ਼ੇ ਸਿਗੇ ਤਾਂ ਇਹ ਮੋਸਟ ਇੰਪੋਰਟੈਂਟ ਆ ਠੀਕ ਹੈ ਕਿ ਅਮਰਾਵਤੀ ਸਤੂਪ ਜਿਹੜਾ ਕਿ ਇਹ ਕਿੱਥੇ ਤੇ ਕਿਹੜੇ ਸੰਘ ਦੇ ਵਿੱਚ ਮਿਲਦਾ ਹੈਗਾ ਤਾਂ ਉਹ ਸਤਵਾਨਾ ਦੇ ਟਾਈਮ ਦੇ ਵਿੱਚ ਮਿਲਦਾ ਠੀਕ ਹੈ ਇਹ ਜਿਹੜਾ ਸਤੂਪ ਸੀਗਾ ਅਸ਼ੋਕ ਨੇ ਬਣਾਇਆ ਸੀ ਬੁੱਧ ਧਰਮ ਦੇ ਬਾਰੇ ਤੇ ਇਹਦੇ ਵਿੱਚ ਬੁੱਧ ਦੀਆਂ ਜੀਵਨ ਦੀਆਂ ਸਾਰੀਆਂ ਕਹਾਣੀਆਂ ਨੂੰ ਦਰਸਾਉਂਦੇ ਹੋਏ ਜਿਹੜੇ ਕੀ ਆ ਤਸਵੀਰਾਂ ਜਿਹੜੀਆਂ ਕਿ ਤਰਾਸ਼ੀਆਂ ਗਈਆਂ ਸੀ ਤਾਂ ਕਿਸ ਜਿਹੜੇ ਕਿ ਸੰਘ ਨੇ ਕਰਾਈਆਂ ਸੀ ਤਾਂ ਉਹ ਸਤਵਾਨਾ ਨੇ ਕਰਾਈਆਂ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਕਿ ਦੋ ਤਿੰਨ ਪੁਆਇੰਟ ਜਿਹੜੇ ਕਿ ਇੰਪੋਰਟੈਂਟ ਆ ਇਹਦੇ ਸੰਘ ਦੇ ਵਿੱਚ ਮੋਸਟ ਇੰਪੋਰਟੈਂਟ ਆ ਸਭ ਤੋਂ ਪਹਿਲਾਂ ਮਹਾਨ ਸ਼ਾਸਕ ਜਿਹੜਾ ਸੀ ਗੋਤਮੀ ਸਤ ਕਰਨੀ ਸੀ ਕਾਂਸੇ ਤੇ ਤਾਂਬੇ ਦੇ ਜਿਹੜੇ ਇਹਨਾਂ ਨੇ ਕੋਇਨਸ ਚਲਾਏ ਇਹਨਾਂ ਦੇ ਟਾਈਮ ਵਿੱਚ ਪਹਿਲੀ ਵਾਰ ਭਾਰਤ ਦੇ ਵਿੱਚ ਜਿਹੜੀਆਂ ਕਿ ਜਮੀਨਾਂ ਨੂੰ ਦਾਨ ਕਰਨਾ ਦੀ ਪ੍ਰਥਾ ਜਿਹੜੀ ਸ਼ੁਰੂ ਹੋਈ ਸੀ ਤਾਂ ਉਹ ਇਹਨਾਂ ਦੇ ਕਾਲ ਦੇ ਵਿੱਚ ਹੋਈ ਸੀ ਕਿ ਬ੍ਰਾਹਮਣਾਂ ਨੂੰ ਗ੍ਰਾਂਟਾ ਦੇਣੀ ਇਹਨਾਂ ਨੇ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ ਕਈ ਪ੍ਰੇਅਰ ਹਾਲ ਬਣਵਾਏ ਠੀਕ ਹੈ ਜਿਹਦੇ ਵਿੱਚ ਸਭ ਤੋਂ ਫੇਮਸ ਸੀ ਪੂਨੇ ਵਿੱਚ ਕਾਰਲ ਗੁਫਾ ਠੀਕ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਇਹਨਾਂ ਦੀ ਅਫੀਸ਼ੀਅਲ ਭਾਸ਼ਾ ਪ੍ਰਕਿਰਤੀ ਸੀ ਤੇ ਸਭ ਤੋਂ ਫੇਮਸ ਲਿਪੀ ਜਿਹੜੀ ਕਿ ਬ੍ਰਹਮੀ ਜਿਹੜੀ ਕਿ ਪੂਰੇ ਭਾਰਤ ਵਿੱਚ ਫੇਮਸ ਸੀਗੀ ਮੰਨੀ ਜਾਂਦੀ ਆ ਉਹ ਇਹਨਾਂ ਨੇ ਜਿਹੜੀ ਕਿ ਯੂਜ਼ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਅਮਰਾਵਤੀ ਸਤੂਪ ਦੇ ਵਿੱਚ ਜਿਹੜਾ ਕੀ ਆ ਜੋ ਅਸ਼ੋਕ ਨੇ ਬਣਵਾਇਆ ਸੀ ਉਹ ਚਿੱਤਰ ਵੀ ਜਿਹੜੇ ਕੀ ਇਹਨਾਂ ਨੇ ਤਰਾਸ਼ੇ ਸੀ ਤਾਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਮੇਰੀ ਇਸ ਵੀਡੀਓ ਨੂੰ ਵਾਚ ਕਰਨੇ ਤੁਹਾਡਾ ਬਹੁਤ ਬਹੁਤ ਧੰਨਵਾਦ